ਅਸਲਾਮੁਆਲੇਕਮ ਜੀ तमाम ਦੋਸਤੋਨ ਨੂੰ ਆਸਫ ਵਲੌਗ ਵਿੱਚ ਖੁਸ਼ ਆਮਦੀਦ ਤੇ ਦੋਸਤੋ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨੇ ਆ ਜੀ ਮਾਸ਼ਾਅੱਲਾ ਮੈਂ ਫਜਰ ਦੀ ਨਮਾਜ਼ ਅਦਾ ਕਰਕੇ ਆਪਣੀ ਰੂਟੀਨ ਨਾਲ ਜਨਾਬ ਆ ਗਿਆ ਆਪਣੀ ਡੇਰੀ ਵਿੱਚ ਤੇ ਤੁਹਾਨੂੰ ਅੱਜ ਆਦੀ ਡੇਰੀ ਵਿਖਾਣੇ ਆ ਤੇ ਮਾਸ਼ਾਅੱਲਾ ਆਪਣੀ ਹਕਮ ਅਜ ਨੇ ਜਨਾਬ ਦੋ ਦਿਨ ਹੋ ਗਿਆ ਸੋਨਾ ਜਿਹਾ ਬੱਚਾ ਦਿੱਤਾ ਜੀ ਕਟਾ ਸਾਂ ਝੋਟਾ ਸੰਡਾ ਨਿੱਕੂ ਜਿਹਾ ਤੇ 마솨알라 ਆਪਣੇ ਕੋਲ ਕਿੰਨੀਆਂ ਮੱਝਾਂ ਨੇ ਤੇ ਇਹਨਾਂ ਦੇ ਬੱਚੇ ਕਿੰਨੇ ਨੇ ਤੁਹਾਨੂੰ ਚੈੱਕ ਕਰਾਣੇ ਹੈ ਅੱਛਾ ਮੈਨੂੰ ਸ਼ੌਕ ਹੈਗਾ ਸੀ ਬਰੌਨ ਬੱਚਿਆਂ ਦਾ ਯਾਨੀ ਕਿ ਇਹ ਕਾਲਾ ਹੈਗਾ ਨਾ ਤੇ ਕੈਲੇ ਜਿਹੜੇ ਜਾਨਵਰ ਹੁੰਦੇ ਨੇ ਉਹਨਾਂ ਦਾ ਸ਼ੌਕ ਉਹ ਵੀ ਅੱਜ ਤੁਹਾਨੂੰ ਦਿਖਾਣਾ ਹੈ 마솨알라 ਰੱਬ ਨੇ ਉਹ ਵੀ ਪੂਰਾ ਕੀਤਾ ਹੈ ਤੇ ਇਹਨੂੰ ਜਨਾਬ 2 ਦਿਨ ਹੋ ਗਏ ਇਸ ਝੋਟੇ ਨੂੰ ਪੈਦਾ ਹੋਏ ਨੂੰ ਦੇਖ ਰਹੇ ਨਾ ਨਖਰੇਲਾ ਕਿੰਨਾ ਹੈ ਹੱਥ ਨਹੀਂ ਲਾਉਣ ਦੇਦਾ ਦੇ ਮੂੰਹ ਨੂੰ ਤੇ ਮਾਸ਼ਾਅੱਲਾ ਇਹ ਜਿਹੜਾ ਨਾ ਦੋ ਦਿਨਾਂ ਦਾ ਹੈਗਾ ਜੀ ਤੇ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲ ਜਿਹੜੀਆਂ ਮੱਝਾਂ ਖੜੀਆਂ ਨੇ ਦੋਸਤੋ ਇਹ ਆਪਣਾ ਜਨਾਬ ਜੋਟਾ ਖੜਾ ਹੈ ਜੀ ਸੰਡਾ ਤੇ ਇਹ ਆਪਣਾ ਮਾਲ ਇਹ ਜਨਾਬ ਕੱਟੇ ਵਿੱਚ ਖੜੇ ਨੇ ਠੀਕ ਹੋ ਗਿਆ ਤੇ ਘੜਾਪਾਂ ਤੇ ਇਹ ਜਨਾਬ ਆਪਣਾ ਭਾਈ ਅੱਲਾ ਦਿੱਤਾ ਬੈਠਾ ਹੈ ਇਹਨੂੰ ਮੈਂ ਤਿਆਰ ਨਾਲ ਬਣਾਣਾ ਅੱਲਾ ਦਿੱਤਾ ਇਹ ਏਡੀ ਏਡੀ ਸਾਹਿਬ ਅਸਲਾਮੁਅਲੈਕਮ ਵਾਲੇਕਮ ਸਲਾਮ ਤੇ ਦੋਸਤੋ ਆਪਣੇ ਮਾਲ ਦੀ ਸਾਰੇ ਦੀ ਨਿਗਰਾਨੀ ਇਹ ਏਡੀ ਸਾਹਿਬਰੀ ਕਰ ਰਹੇ ਨੇ ਤੇ ਮਾਸ਼ਾਅੱਲਾ ਮੈਂ ਨਮਾਜ਼ ਪੜ੍ਹਦੇ ਹੀ ਆਇਆ ਤੇ ਏਡੀ ਸਾਹਿਬਰੀ ਜਨਾਬ ਮਾਲ ਨੂੰ ਉਥੋਂ ਅੰਦਰੋਂ ਬਾਹਰ ਕਢਾਲਤੇ ਇੱਥੇ ਚਾਰਾ ਪਾਦੇ ਤੇ ਮਾਲ ਨੂੰ ਰਜਾਤੇ ਤੇ ਹੁਣ ਚਮਣ ਨੂੰ ਲੱਗੇ ਖੜੇ ਸੀ ਮਾਸ਼ਾਅੱਲਾ ਤਕਰੀਬਨ 2 ਕੁ ਮੱਝਾਂ ਚਮਣ ਵਾਲੀਆਂ ਰਹਿ ਗਈਆਂ ਨੇ 8 5 ਮੱਝਾਂ ਦਾ ਦੁੱਧ ਕਢਾਲਣਾ ਹੁੰਦਾ ਹੈ ਤੇ 8 ਮੱਝਾਂ ਜਿਹੜੀਆਂ ਨਾ ਉਹ ਸੋਈਆਂ ਨੇ ਯਾਨੀ ਕੋਨਾ ਫਲ ਦਿੱਤੇ ਹੋਏ ਨਹੀਂ ਤੇ ਦੁੱਧ ਦੇ ਰਹੀਆਂ ਨੇ ਤੇ تقریبا ਦੋ ਮੱਝਾਂ ਰਹਿ ਗਈਆਂ ਬਾਈ ਹਾਂਜੀ ਹਾਂਜੀ ਠੀਕ ਹੋ ਗਿਆ ਤੇ ਚਵਾਈ ਜਾ ਰਹੀ ਹੈ ਬਾਕੀ ਮਾਸ਼ਾਅੱਲਾ ਸ਼ੌਕ ਮੇਰਾ ਦੋਸਤੋ ਜਿਹੜਾ ਰੱਬ ਨੇ ਪੂਰਾ ਕੀਤਾ ਹੈ ਤਾਂ ਉਹ ਹੈ ਜਨਾਬ ਇਹ ਕੈਲੇ ਬਚਾਣਾ ਤੇ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਇਹ ਮੈਨੂੰ ਕਾਫੀ ਦਿਨ ਦਾ ਸ਼ੌਕ ਹੈਗਾ ਸੀ ਲੇਕਿਨ ਕੋਈ ਵੀ ਮੱਝ ਸਾਡੀ ਜਿਹੜੇ ਨਾ ਕੈਲਾ ਬਚਾਣਾ ਨਹੀਂ ਦੇ ਰਹੀ ਸੀ ਹਾਲਾਂਕਿ ਮੈਂ ਜਦੋਂ ਨਵੇਂ ਦੁੱਧ ਮੱਝਾਂ ਕਰਾਵਿੰਦੀਆਂ ਮੱਝਾਂ ਨੂੰ ਬੜੀ ਦੂਰ ਦੂਰ ਤੱਕ ਲਗੀਆਂ ਕੈਲੇ ਸੰਢਿਆਂ ਤੇ ਲੇਖਣ ਜਿਹੜਾ ਨਾ ਬੱਚੇ ਕਾਲੇ ਪੈਦਾ ਹੁੰਦੇ ਸੀ ਹੁਣ ਮਾਸ਼ਾਅੱਲਾ ਅਸੀਂ ਖੁਦ ਆਦਾ ਲਿਆਂਦਾ ਐ ਇਹ ਸੰਡਾ ਤੇ ਉਦੋਂ ਦਾ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਨਾਬ ਦੋ ਕੱਟੀਆਂ ਖੜੀਆਂ ਨੇ ਇਹ ਵੀ ਕੱਟੀ ਐ ਉਹ ਵਾਲੀ ਵੀ ਕੱਟੀ ਐ ਇਹ ਕੱਟਾ ਖੜਾ ਹੈਗਾ ਠੀਕ ਹੋ ਗਿਆ ਜੀ ਇਸੇ ਤਰੀਕੇ ਇਹ ਜਿਹੜੀ ਨਾਲ ਖੜੀ ਐ ਕਾਲੀ ਇਹ ਜਨਾਬ ਕੱਟੀ ਹੋਈ ਹੈ ਇਸ ਤਰ੍ਹਾਂ ਆਹ ਜਿਹੜਾ ਇਹ ਜਨਾਬ ਕੱਟਾ ਖੜਾ ਐ ਇਹ ਸੋਣਾ ਜੀ ਪਰ ਮੂਜੇ ਤੇ ਇਹ ਕੱਟਾ ਖੜਾ ਆ ਜਨਾਬ ਕੱਟੀ ਖੜੀ ਹੈ ਤੇ ਯਾਨੀ ਕਿ ਕਹਿਲਿਆਂ ਵਾਲੀ ਜਿਹੜੀ ਹੈਗੀ ਸੀ ਨਾ ਮੈਨੂੰ ਚਾਤ ਉਹ ਮੇਰੀ ਪੂਰੀ ਹੋ ਗਈ ਤੇ ਅੱਲਾਹ ਤਾਲਾ ਨੇ ਜਿਹੜਾ ਨਾ ਉਹ ਖੁਰਾਨੀਆਂ ਹੀ ਭਰ ਦਿੱਤੀਆਂ ਨੇ ਮਾਸ਼ਾਅੱਲਾ ਕਹਿਣਿਆਂ ਨਾਲ ਤੇ ਇਹ ਮੇਰੀ ਉਹ ਦਿਲ ਦੀ ਜਿਹੜੀ ਹਸਰਤ ਸੀ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਉਸ ਤੋਂ ਬਾਅਦ ਹੁਣ ਜਿਹੜੇ 2 ਦਿਨ ਹੋ ਗਏ ਨੇ ਮੱਜ ਸਈ ਨੂੰ ਉਹ ਆਪਣੇ ਨੇ ਇਹ ਜਨਾਬ ਝੋਟਾ ਦਿੱਤਾ ਨਿੱਕੂ ਜਿਹਾ ਸੰਡਾ ਠੀਕ ਹੋ ਗਿਆ ਜੀ ਤੇ ਇਹ ਜਿਹੜਾ ਨਿੱਕੂ ਬੱਚੇ ਹਨ ਨਾ ਇਹਨਾਂ ਦਾ ਹੁਣ ਆਪਾਂ ਕਰਨਾ ਹੈ ਖਿਆਲ ਇਹਨਾਂ ਕੱਟਿਆਂ ਨੂੰ ਅੱਛੀ ਤਰ੍ਹਾਂ ਹੈ ਸਾਂਭਣਾ ਦੇਖੋ ਕਿੱਡਾ ਨਖਰੇਲਾ ਮੂੰਹ ਤਾਂ ਜਨਾਬ ਹੀ ਹੱਥ ਵੀ ਨਹੀਂ ਲਾਉਣ ਦਿੰਦਾ ਆਹ ਹੈ ਹੈ ਕੀ ਬਾਤ ਹੈ ਤੇ ਦੋਸਤੋ ਆਪਾਂ ਨਿਜ਼ਾਨ ਵੀ ਰੱਖੀ ਹੋਈ ਹੈ ਕਿਉਂਕਿ ਇਹ ਜਿਹੜੇ ਬੱਚੇ ਹੁੰਦੇ ਨੇ ਨਾ ਇਹ ਮਿੱਟੀ ਵੀ ਖਾ ਲੈਂਦੇ ਨੇ ਅਗਰ ਮਿੱਟੀ ਨਾ ਵੀ ਖਾਉਣ ਨਾ ਤੇ ਦੁੱਧ ਦੀ ਵਜ੍ਹਾ ਤੋਂ ਵੀ ਇਹਨਾਂ ਦੇ ਪੇਟ ਵਿੱਚ ਕੀੜੇ ਮਲੱਪ ਪੈਦਾ ਹੋ ਜਾਂਦੇ ਨੇ ਤੇ 8 ਦਿਨ ਬਾਅਦ ਹਫਤੇ ਬਾਅਦ ਯਾਨੀ ਕਿ 2 ਸੀਸੀ ਜਿਹੜੀ ਨਾ ਨਿਲਜ਼ਾਨ ਇਹਨਾਂ ਨੂੰ ਦੇ ਦੇਵਿੰਦੀ ਹੈ ਤਾਂ ਕਿ ਇਹਨਾਂ ਦੇ ਪੇਟ ਦੀ ਸਫਾਈ ਰਵੇ ਫਿਰ ਜਾਨਵਰ ਜਲਦੀ ਵੱਧਦਾ ਵੀ ਚੰਗਾ ਹੈ ਦੁੱਧ ਵੀ ਉਹਨੂੰ ਚੰਗਾ ਅਸਰ ਕਰਦਾ ਹੈ ਜਾਨਵਰ ਜਲਦੀ ਗਰੋਥ ਵੀ ਕਰਦਾ ਹੈ ਤੇ ਇਹ ਪੇਟ ਜਿਹੜਾ ਨਾ ਇਹ ਵੀ ਬੱਚਿਆਂ ਦਾ ਨਹੀਂ ਨਿਕਲਦਾ ਹੈਗਾ ਤੇ ਅੱਜ ਇਨਸ਼ਾਅੱਲਾ ਟਾਈਮ ਹੋ ਗਿਆ ਆ ਜਾ ਇਹਨਾਂ ਸਾਰਿਆਂ ਬੱਚਿਆਂ ਨੂੰ ਆਪਾਂ 2 2 ਸੀਸੀ ਨਿਲਜ਼ਾਨ ਦੇਣੀ ਹੈ ਤੇ ਇਹ ਜਿਹੜਾ ਹੈਗਾ ਨਿੱਕੂ ਇਹਨੂੰ ਇੱਕ ਵਾਰੀ 4 ਕੁ ਦਿਨ ਛੁੱਟੀ ਦੇਣੀ ਹੈ ਤੇ ਇਹ ਜਦੋਂ तकरीबन 10 ਦਿਨ ਦਾ ਹੋ ਗਿਆ ਤਾਂ ਫਿਰ ਇਹਨੂੰ ਦੋ ਸੀਸੀ ਦੇ ਆ ਗਏ ਤੇਰੇ ਨੂੰ ਇਨਸ਼ਾਅੱਲਾ ਕੋੜਾ ਤੇਲ ਵੀ ਦਿੱਤਾ ਕਰਸਾਂ ਤੇ ਇਹ ਸੀ ਜੀ ਆਪਣੀ ਡੇਰੀ ਤੇ ਡੇਰੀ ਨੂੰ ਸੰਭਾਲਣ ਵਾਲਾ ਆਪਣਾ ਬੰਦਾ ਤੇ ਮਾਸ਼ਾਅੱਲਾ ਤੁਹਾਡੇ ਸਾਹਮਣੇ ਹੈ ਜੀ ਤੇ ਵਲੌਗ ਕਿਦਾਂ ਦਾ ਤੁਹਾਨੂੰ ਲੱਗਾ ਤੇ ਮੇਰੀ ਡੇਰੀ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਹੈ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਰਬ ਰੱਖਾ ਜੀ